ਅਸਲਾਮ ਵਾਲੇਕਮ ਲਓ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ। ਤੁਹਾਡੇ ਸਾਰਿਆਂ ਦਾ ਲਾਈਕ, ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਜਿੱਦਾਂ ਤੁਹਾਨੂੰ ਪਤਾ ਹੈ ਕਿ ਸ਼ਰੀਫਾਂ ਨੇ, ਚੋਰਾਂ ਨੇ, ਇਹਨਾਂ ਦਗਰ ਦਲਿਆਂ ਨੇ, ਹਾਂਜੀ ਇਹਨਾਂ ਨੇ ਜਿਹੜਾ ਨਾ, ਉਹ ਆਪਣਾ ਇੱਕ ਪਰਸਨਲ ਟ੍ਰੇਨਡ ਕੀਤਾ ਹੋਇਆ ਬਾਂਦਰ ਜਿਹੜਾ, ਹਾਂਜੀ ਉਹ ਸੁਪਰੀਮ ਕੋਰਟ ਦੀ ਸਭ ਤੋਂ ਵੱਡੀ ਕੁਰਸੀ 'ਚ ਪਾਇਆ। ਹੁਣ ਉਹ ਬਾਂਦਰ ਜਿਹੜਾ ਬੈਠਾ, ਹੁਣ ਉਹਦੇ ਹੱਥ 'ਚ ਫੜਾਤੀ ਇਹਨਾਂ ਨੇ ਮਾਚਿਸ, ਹੁਣ ਉਹ ਜਿਹੜੀਆਂ ਅੱਗਾਂ ਲਾ ਰਿਹਾ ਆਇਨ ਕਾਨੂੰਨ ਨੂੰ। ਮੈਂ ਕਹਿੰਦਾ ਕਿ ਭਬੂਕੇ ਉੱਠ ਰਹੇ ਨੇ, ਹਾਂ ਧੂੰਏ ਉੱਠ ਰਹੇ ਨੇ ਉੱਥੋਂ। ਹਰ ਰੋਜ਼ ਉਹਨੇ ਕੋਈ ਨਾ ਕੋਈ ਨਵਾਂ ਆਇਨ ਦੀ ਸ਼ਿਕ ਨੂੰ ਅੱਗ ਲਾਈ ਹੁੰਦੀ ਹੈ, ਹਾਂ ਕਿਸੇ ਨਾ ਕਿਸੇ ਕਾਨੂੰਨ ਨੂੰ ਉਹਨੇ ਅੱਗ ਲਾਈ ਹੁੰਦੀ ਹੈ, ਹਾਂ ਔਰ ਆਪਣੀ ਅਦਾਲਤ ਨੂੰ ਵੀ ਅੱਗ ਲਾਈ ਜਾ ਰਿਹਾ। ਉਹ ਬਾਂਦਰ ਦਾ ਹੁਣ ਟਾਈਮ ਆ ਰਿਹਾ ਰਿਟਾਇਰਮੈਂਟ ਦਾ। ਉਹ ਬਾਂਦਰ ਕਹਿੰਦਾ ਕਿ ਨਹੀਂ ਮੈਂ ਇੱਥੇ ਰਹਿਣਾ, ਔਰ ਬਾਂਦਰ ਦੇ ਜਿਹੜੇ ਹੈਂਡਲਰ ਨੇ, ਹਾਂ ਜਿਹਨਾਂ ਨੇ ਬਾਂਦਰ ਲਾਇਆ ਉੱਥੇ, ਉਹ ਵੀ ਉਹਨੂੰ ਕਹਿ ਰਹੇ ਨੇ ਕਿ ਨਹੀਂ ਬਾਂਦਰ ਪੁੱਤਰ ਤੂੰ ਇੱਥੇ ਹੀ, ਤੈਨੂੰ ਬਾਈ ਇਸ ਲਈ ਹੈ, ਹਾਂ ਤੂੰ ਕਿਤੇ ਨਹੀਂ ਜਾਣਾ, ਤੂੰ ਤੇਰਾ ਇੱਕੋ ਹੀ ਕੰਮ ਹੈ ਬਸ, ਮਾਚਿਸ ਤੈਨੂੰ ਦੇਤੀ, ਤੂੰ ਫੂਕ ਦੇ ਆਇਨ ਕਾਨੂੰਨ ਨੂੰ। ਇੱਕ ਸਫ਼ਾ ਇੱਕ ਸ਼ਿਕ ਨਾ ਬਚੇ ਆਇਨ ਦੀ ਪਿੱਛੇ, ਹਾਂ ਤੈਨੂੰ ਬਾਈ ਐਸੇ ਕਰਕੇ। ਉਹ ਸੁਬਹ ਸ਼ਾਮ ਲੱਗਿਆ, ਹਾਂ ਕੋਈ 8 ਜੱਜ ਹੈ ਨੇ, ਉਹ ਵਿਚਾਰੇ ਫੈਸਲਾ ਫੁਸਲਾ ਦਿੰਦੇ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਬਈ ਇਹਦੀ ਅੱਗ 'ਤੇ ਪਾਣੀ ਪਾਇਆ ਜਾਏ, ਹਾਂ ਲੇਕਿਨ ਕਿੰਨਾ ਕੁ ਪਾਣੀ ਪਾਉਣ, ਰੋਜ਼ ਅੱਗ ਲਾਈ ਖਲੋਤਾ ਹੁੰਦਾ। ਹਾਂ ਬਾਬਾ ਜੀ ਕਹਿੰਦੇ ਬਾਂਦਰ ਕੋ ਮਾਚਿਸ ਵਾਪਸ ਲਵੋ। ਹਾਂ ਮੈਂ ਕਿਹਾ ਬਾਬਾ ਜੀ ਇਹੀ ਤਾਂ ਮਸਲਾ, ਹਾਂ ਕਿ ਹੁਣ ਕਿਹੜਾ ਬਾਂਦਰ ਕੋ ਵਾਪਸ ਲਵੇ ਮਾਚਿਸ, ਅੱਗਣ ਲਾਈ ਜਾ ਰਿਹਾ। ਬਾਬਾ ਜੀ ਸੁਣਾਉਂਦੇ ਨੇ ਬਈ ਉਹਨਾਂ ਨੂੰ ਕਹੋ, ਉਹ ਜਿਹੜੇ ਇਹਦੇ ਹੈਂਡਲਰ ਨੇ, ਕਿ ਯਾਰ ਆਪਣਾ ਬਾਂਦਰ ਬਸ ਕਰੋ, ਹੁਣ ਬੜਾ ਬਾਂਦਰ ਤਮਾਸ਼ਾ ਕਰ ਲਿਆ ਤੁਸੀਂ, ਹੁਣ ਚੁੱਕੋ ਆਪਣਾ ਬਾਂਦਰ ਤੇ ਲੈ ਜਾਓ। ਬਾਬਾ ਜੀ ਸੁਣਾਉਂਦੇ ਵੈਸੇ ਜਿਹਨਾਂ ਨੂੰ ਕਹਿਣਾ ਉੱਥੇ ਵੀ ਉਹੋ ਜਿਹੇ ਬੈਠੇ ਨੇ ਜੀ, ਇੱਥੇ ਬੈਠਾ ਉਹੋ ਜਿਹੇ ਉਹਦੇ ਹੈਂਡਲਰ ਉੱਥੇ ਬੈਠੇ ਨੇ। ਬਾਬੇ ਮੈਂ ਕਿਹਾ ਬਾਬਾ ਜੀ ਤੁਹਾਡਾ ਮਤਲਬ ਕਿ ਉਹੋ ਜਿਹੇ ਬਾਂਦਰ ਬੈਠੇ ਨੇ ਉੱਥੇ? ਬਾਬੇ ਸੁਣਾਉਂਦੇ ਸਮਝ ਲਓ, ਹਾਂ ਕਿ ਉਹੋ ਜਿਹੇ ਬੈਠੇ ਨੇ ਜਿਹਨਾਂ ਨੂੰ ਕੋਈ ਨਜ਼ਰ ਨਹੀਂ ਆ ਰਿਹਾ ਕਿ ਵੀ ਇਹ ਆਇਨ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ, ਬੇੜਾ ਗਰਕ ਕਰ ਰਿਹਾ। ਫਿਰ ਵੀ 8 ਜੱਜ ਜਿਹੜੇ ਨੇ ਉਹ ਡਟੇ ਨੇ, ਉਹਨਾਂ ਨੇ ਅੱਜ ਤਫਸੀਲੀ ਫੈਸਲਾ ਦਿੱਤਾ, ਕੋਸ਼ਿਸ਼ ਉਹਨਾਂ ਨੇ ਕੀਤੀ ਹੈ, ਲੇਕਿਨ ਇਹ ਜਿਹੜਾ ਨਾ ਕੰਮ ਹੁਣ ਸਿਰ ਤੋਂ ਉੱਤੋਂ ਨਿਕਲ ਗਿਆ, ਇਹ ਹੁਣ ਜੱਜਾਂ ਨੂੰ ਖੜਾ ਆਉਣਾ ਪੈਣਾ ਸਹੀ ਤਰੀਕੇ ਨਾਲ। ਪਹਿਲੇ ਤਾਂ ਇਹਦੇ ਮਾਚਿਸ ਖੋਣ, ਹਾਂ ਫਿਰ ਬਾਂਦਰ ਕੱਢਣ ਬਾਹਰ, ਥੋੜ੍ਹੇ ਦਿਨ ਰਹਿ ਗਏ ਨੇ ਇਹਦੇ। ਅਤੇ ਨੂਨ ਲੀਗ ਜਿਹੜੀ ਹੈ ਮੀਆਂ ਸਾਹਿਬ, ਹਾਂ ਉਹ ਹੁਣ ਤੁਲੇ ਪਏ ਨੇ ਕਿ ਬਈ ਅਗਰ ਕਾਜ਼ੀ ਦੀ ਐਕਸਟੈਂਸ਼ਨ ਨਹੀਂ ਹੁੰਦੀ, ਹਾਂ ਤਾਂ ਮੈਨੂੰ ਜਾਣ ਦੀ ਇਜਾਜ਼ਤ ਦਿਓ, ਮੈਂ ਨਿਕਲਿਆ ਇੱਥੋਂ ਨੀਵਾਂ ਨੀਵਾਂ ਹੋ ਕੇ। ਅਤੇ ਉਹਨੂੰ ਰੋਕਿਆ ਅਜੇ ਕਿ ਨਹੀਂ, ਦੇਖੋ ਇੱਕ ਗੇਮ ਹੋਰ ਇਹਨਾਂ ਨੇ ਪਾਣੀ ਹੈ, ਜੇ ਇਹਨਾਂ ਦੀ ਅੱਲਾ ਨਾ ਕਰੇ ਕਾਮਯਾਬ ਹੋਵੇ ਇਹਨਾਂ ਦੀ, ਹੈ ਅੱਗੇ ਫਿਰ ਕੋਸ਼ਿਸ਼, ਇੱਕ ਕੋਸ਼ਿਸ਼ ਤਾਂ ਇਹਨਾਂ ਦੀ ਨਾਕਾਮ ਹੋ ਗਈ ਹੈ, ਲੇਕਿਨ ਖੈਰ ਐਨੀਵੇ ਜਨਾਬ। ਅਤੇ ਖਾਨ ਸਾਹਿਬ ਨੇ ਅੰਦਰੋਂ ਜੇਲ੍ਹ 'ਚੋਂ ਕਹਿ ਦਿੱਤਾ ਜਨਾਬ, ਬੜਾ ਵੱਡਾ ਐਲਾਨ ਕਰ ਦਿੱਤਾ ਖਾਨ ਸਾਹਿਬ ਨੇ, ਕਿਹਾ ਕਿ ਜੀ ਜਲਸਾ ਜਿਹੜਾ ਨਾ ਅਗਲਾ ਉਹ ਹੋਣਾ ਪਿੰਡੀ ਦੇ ਵਿੱਚ, ਦੰਦ ਦੰਦ ਓਏ ਹੋਏ। ਹਾਲਾਂਕਿ ਅਲੀ ਮੀਨ ਗੰਡਾਪੁਰ ਨੇ ਕਿਹਾ ਸੀ ਕਿ ਅਸੀਂ ਮੀਆਂ ਵਾਲੀ ਝਗੜਾ ਜਲਸਾ ਕਰਾਂਗੇ, ਲੇਕਿਨ ਖਾਨ ਤੁਹਾਨੂੰ ਪਤਾ ਕਿ ਖਾਨ ਹੈ, ਉਹ ਅੰਦਰ ਬੈਠਾ, ਉਹਨੂੰ ਸਮਝ ਆ ਰਹੀ ਸੀ ਕਿ ਪਿੰਡੀ ਜਾਣ ਤੋਂ ਡਰਦੇ ਨੇ ਥੋੜ੍ਹਾ, ਪਿੰਡੀ ਤੋਂ ਬੜੇ ਬੜੇ ਡਰ ਜਾਂਦੇ ਨੇ, ਹਾਂ ਪਿੰਡੀ ਸ਼ਹਿਰ ਹੀ ਐਸਾ। ਹਾਂ ਅਤੇ ਉਹ ਖਾਨ ਕਹਿਣ ਲੱਗਾ ਕਿ ਨਹੀਂ, ਜਿੱਥੇ ਡਰਦੇ ਨੇ ਇਹਨੂੰ ਉੱਥੇ ਭੇਜੋ। ਉਹ ਕਹਿਣ ਲੱਗਾ ਨਹੀਂ ਯਾਰ ਪਿੰਡੀ 'ਚ ਕਰਨਾ ਜਲਸਾ, ਹਾਂ ਅਤੇ ਹੁਣ ਜਲਸਾ ਪਿੰਡੀ 'ਚ ਹੈਗਾ, ਜਦੋਂ ਖਾਨ ਨੇ ਕਹਿ ਦਿੱਤਾ ਤਾਂ ਪਿੱਛੇ ਰਹਿ ਕੁਛ ਨਹੀਂ ਗਿਆ। ਅਤੇ ਹੁਣ ਤਿਆਰੀਆਂ ਹੋ ਰਹੀਆਂ ਨੇ ਜਨਾਬ, ਅਗਲੇ ਹਫ਼ਤੇ ਜਲਸੇ ਦੀ ਡੇਟ ਕਦੀ ਵੀ ਅਨਾਊਂਸ ਹੋ ਸਕਦੀ ਹੈ, ਅਤੇ ਪਿੰਡੀ ਦੇ ਵਿੱਚ ਜਲਸਾ ਹੋਏਗਾ। ਔਰ ਪਿੰਡੀ 'ਚ ਕਿਉਂ ਹੋਏਗਾ? ਕਿਉਂਕਿ ਤੁਹਾਨੂੰ ਪਤਾ ਕਿ ਖਾਨ ਉੱਥੇ ਜਲਸਾ ਕਰ ਰਿਹਾ ਵੇ, ਹੁਣ ਥੋੜ੍ਹਾ ਜਿਹਾ ਹਿਸਾਬ ਲਾ ਕੇ ਦੇਖੋ,
ਜਿੱਥੇ PTI ਨੇ ਨੁਕਸਾਨ ਪਹੁੰਚਾਇਆ ਗਿਆ, ਬੰਦੇ ਚੁੱਕੇ ਗਏ, ਬਰਬਰੀਅਤ ਕੀਤੀ ਗਈ, ਉਸੇ ਸ਼ਹਿਰ 'ਚ ਨੁਕਸਾਨ ਬੰਦੇ ਇਕੱਠੇ ਕਰਕੇ ਦੱਸ ਰਿਹਾ ਕਿ ਦੇਖੋ ਅੱਜ ਵੀ ਅਸੀਂ ਇੱਥੇ ਮਜ਼ਬੂਤ ਖੜ੍ਹੇ ਹਾਂ, ਅੱਜ ਵੀ ਅਸੀਂ ਉੱਥੇ ਹੀ ਖੜ੍ਹੇ ਹਾਂ ਜਿੱਥੋਂ ਤੁਸੀਂ ਸਾਨੂੰ ਚੁੱਕਣਾ ਸ਼ੁਰੂ ਕੀਤਾ ਸੀ। ਹਾਂ, ਅੱਜ ਤੁਹਾਡਾ ਬੋਲਰ ਜਿਹੜਾ ਉਹ ਰਿਟਾਇਰ ਹੋ ਗਿਆ, ਹਾਂ, ਤਾਂ ਸਾਡਾ ਜਿਹੜਾ ਖਾਨ ਬੈਟਸਮੈਨ ਹੈ ਉਹ ਅੱਜ ਵੀ ਵਿਕਟ 'ਤੇ ਖੜ੍ਹਾ ਖੇਡ ਰਿਹਾ ਔਰ ਛਿੱਕੇ 'ਤੇ ਛਿੱਕਾ ਮਾਰ ਰਿਹਾ, ਅੰਦਰੋਂ ਜੇਲ੍ਹ 'ਚੋਂ ਜਿਹੜਾ ਨਾ ਉਹ ਹਵਾ 'ਚ ਉੱਡਦੀਆਂ ਗੇਂਦਾਂ ਨਜ਼ਰ ਆ ਰਹੀਆਂ ਨੇ, ਹਾਂ, ਇਸ ਕਦਰ ਹੈ। ਹਾਂ, ਅਤੇ ਉਹ ਵੀ ਚਲੋ ਖਬਰ ਆ ਗਈ ਵਿੱਚ ਕਿ ਉਹ ਜਿਹੜੇ ਲਾਡੋ ਰਾਣੀ ਦੇ ਬੜੇ ਪਿਆਰੇ ਦੋਸਤ ਨੇ, ਯਾਰ ਕਹਿ ਲਓ, ਹਾਂ ਯਾਰ ਕਹਿ ਲਓ, ਇੱਕ ਗੱਲ ਉਰਦੂ ਦੇ ਵਿੱਚ ਦੋਸਤ ਅਤੇ ਪੰਜਾਬੀ 'ਚ ਯਾਰ, ਹਾਂ, ਬਾਬੇ ਜੀ ਕਹਿੰਦੇ ਨੇ ਯਾਰ ਦਾ ਕੋਈ ਹੋਰ ਮਤਲਬ ਵੀ ਹੈ। ਮੈਂ ਕਿਹਾ ਬਾਬਾ ਜੀ ਜੋ ਮਰਜ਼ੀ ਮਤਲਬ ਕੱਢ ਲਓ ਤੁਸੀਂ ਹੁਣ, ਹਾਂ, ਮੈਂ ਤਾਂ ਦੋਸਤ ਕਹਿ ਰਿਹਾ ਕਿ ਮਾਈ ਦੇ ਜਿਹੜੇ ਦੋਸਤ ਨੇ, ਹਾਂ, ਜਿਨ੍ਹਾਂ ਨੂੰ ਮਾਈ ਜਿਨ੍ਹਾਂ ਨੇ ਮਾਈ ਨੂੰ ਪੂਰੀ ਸਪੋਰਟ ਦਿੱਤੀ ਸੀ ਬਾਂਸ ਦੇ ਵਿੱਚ ਰੱਖ ਕੇ, ਸਾਰਾ ਆਪਣਾ ਹਕੂਮਤ ਜਿਹੜੀ ਹੈ ਨਾ ਉਹ ਚੁੱਕੀ ਖਲੋਤੇ ਸਨ, ਉਹ ਕਿਉਂਕਿ ਵੈਸੇ ਤਾਂ ਡਿੱਗ ਜਾਣੀ ਹਕੂਮਤ, ਫਾਰਮ 47 'ਤੇ ਖੜੀ ਹੈ, ਅਤੇ ਉਹ ਚੁੱਕੀ ਖਲੋਤੇ ਸੀ, ਹਾਂ, ਉਹ ਹੁਣ ਰਿਟਾਇਰ ਹੋ ਗਏ, ਹਾਂ, ਉਹ ਜਾਂਦੇ ਹੁਣ ਬਾਂਸ ਜਿਹੜਾ ਨਾ ਉਹ ਆਉਣ ਵਾਲੇ ਨੂੰ ਫੜਾ ਕੇ ਜਾ ਰਹੇ ਨੇ, ਅਤੇ ਦੇਖੋ ਹੁਣ ਆਉਣ ਵਾਲੇ ਜਿਹੜੇ ਨੇ ਉਹ ਕਿੰਨੀ ਕੁ ਦੇਰ ਬਾਂਸ ਫੜ ਕੇ ਖੜ੍ਹੇ ਰਹਿੰਦੇ ਨੇ ਜਿੱਥੇ ਮਾਈ ਬੈਠੀ ਉੱਤੇ, ਮੇਰਾ ਮਤਲਬ ਕਿ ਮਾਈ ਦੀ ਹਕੂਮਤ ਬੈਠੀ ਹੈ, ਹਾਂ, ਮੇਰਾ ਮਤਲਬ ਕਿ ਕਰੀ ਹੈ, ਹਾਂਜੀ, ਜੋ ਵੀ ਤੁਸੀਂ ਸਮਝ ਲਓ, ਅਤੇ ਉਹ ਹੁਣ ਰਿਟਾਇਰ ਹੋ ਗਏ, ਵੱਡੇ ਭਾਣ ਵੱਡੇ ਮੂੰਹ ਵਾਲੇ, ਮੂੰਹ ਸੁੱਜ ਭੜੋਲੇ ਵਾਲੇ, ਹਾਂ, ਉਹ ਚੱਲੇ ਨੇ, ਅਤੇ ਹੁਣ ਨਵੇਂ ਆਏ ਨੇ ਇੱਥੇ, ਇਹਨਾਂ ਦਾ ਨਾਮ ਜਨਾਬ ਆਸਿਮ ਮਲਿਕ ਹੈ, ਹੁਣ ਤੁਸੀਂ ਕਹੋਗੇ ਕਿ ਆਸਿਮ ਦੋ ਹੋ ਗਏ, ਹਾਂਜੀ, ਹੁਣ ਬਰਕਤਾਂ ਹੋਣਗੀਆਂ, ਪਹਿਲੇ ਜਿਹੜੀ ਕਸਰ ਰਹਿੰਦੀ ਸੀ ਆਹ ਹੁਣ ਪੂਰੀ ਹੋ ਜਾਏਗੀ, ਕੋਈ ਐਸੀ ਗੱਲ ਨਹੀਂ, ਬੜੀ ਧਮਾਲਾਂ ਪੈ ਰਹੀਆਂ, ਲੁੱਡੀਆਂ ਪੈ ਰਹੀਆਂ ਨੇ ਜਨਾਬ ਹਰ ਪਾਸੇ, ਜਿਹੜੇ PTI ਵਾਲੇ ਨੇ ਸੋਸ਼ਲ ਮੀਡੀਆ ਦੇ ਐਕਟੀਵਿਸਟ, ਹਾਂ, ਉਹ ਬੜੇ ਖੁਸ਼ ਨੇ, ਅਤੇ ਉਹਨਾਂ ਕੋਲ ਪੁੱਛਿਆ ਗਿਆ ਕਿ ਭਾਈ ਤੁਸੀਂ ਕਿਸ ਚੱਕਰ 'ਚ ਲੁੱਡੀਆਂ ਪਾਈ ਜਾ ਰਹੇ ਹੋ, ਉਹ ਕਹਿਣ ਲੱਗੇ ਯਾਰ ਸ਼ੁਕਰ ਹੈ ਸਾਡੀ ਜਾਨ ਛੁੱਟੀ, ਹੁਣ ਇੱਟਾਂ ਛਿੱਟਾਂ ਨਹੀਂ ਬੰਨਣਗੇ, ਹਾਂ, ਅਤੇ ਜਿਹੜੇ ਨਵੇਂ ਆਏ ਨੇ ਇਹ ਲੱਗਦਾ ਨਹੀਂ ਕੋਈ ਇੱਟਾਂ ਉੱਟਾਂ ਬੰਨਣ ਵਾਲੇ ਨੇ, ਹਾਂ, ਬਾਬਾ ਜੀ ਸੁਣਾਉਂਦੇ ਉਹਨਾਂ ਨੂੰ ਦੱਸ ਦੇ, ਹਾਂ, ਅਗਲਿਆਂ ਨੇ ਇੱਟਾਂ ਹੀ ਬਣਨੀਆਂ, ਹਾਂ, ਅਗਲਿਆਂ ਨੇ ਪੂਰੀਆਂ ਕੰਧਾਂ ਬੰਨ ਛੱਡਣੀਆਂ, ਜੋ ਹਿਸਾਬ ਹੋ ਰਿਹਾ, ਇਹ ਵੀ ਹੋ ਸਕਦਾ, ਹਾਂਜੀ, ਜ਼ਰਾ ਦੇਖਣ ਵਾਲਾ ਕੰਮ ਹੈ ਕਿ ਕਿਵੇਂ, ਉਮੀਦ ਤਾਂ ਬੜੀ ਹੈ, ਹਾਂਜੀ, ਕਿ ਆਇਨ ਕਾਨੂੰਨ ਦੇ ਮੁਤਾਬਿਕ ਆਪਣੀ ਡਿਊਟੀ ਕਰਨਗੇ, ਸਿਆਸਤ 'ਚ ਮੁਦਾਖਲਤ ਖਤਮ ਕਰਨਗੇ ਆਸਿਮ ਸਾਹਿਬ, ਲੇਕਿਨ ਇਹ ਕਿ ਮੁਸ਼ਕਿਲ ਲੱਗਦਾ ਕਿਉਂਕਿ ਜਦ ਤੱਕ ਸ਼ਰੀਫ ਬੈਠੇ ਨੇ ਇਹਨਾਂ ਦੀਆਂ ਖਾਹਿਸ਼ਾਂ ਵੀ ਆਏ ਨੇ, ਅਤੇ ਹੁਣ ਪਤਾ ਨਹੀਂ ਕਿੰਨੇ ਲਵਾਇਆ, ਕਿੱਥੋਂ ਲੱਗੇ, ਕਿਸ ਤਰ੍ਹਾਂ ਹਿਸਾਬ ਕਿਤਾਬ ਹੈ, ਜੇ ਤਾਂ ਮੈਰਿਟ 'ਤੇ ਆਏ ਹੋਏ ਫਿਰ ਤਾਂ ਆਪਣਾ ਕੰਮ ਕਰਨਗੇ, ਫਿਰ ਜਿੰਨਾ ਵੀ ਗਲਾਜ਼ਤ ਗੰਦ ਹੈ ਨਾ ਇਹ ਸਮੇਟ ਲੈਣਗੇ ਸਾਰਾ ਕੁਛ, ਹਾਂ, ਔਰ ਇਨਸ਼ਾਅੱਲਾ ਉਮੀਦ ਕੀਤੀ ਜਾਂਦੀ ਹੈ ਬਿਹਤਰੀ ਦੀ, ਲੇਕਿਨ ਇੱਥੇ ਪਤਾ ਕੋਈ ਨਹੀਂ ਜਾਂਦਾ, 75 ਸਾਲ ਦੇ ਵਿੱਚ ਜਿਹੜੀ ਨਾ ਉਹ ਹਰ ਬੰਦੇ ਤੋਂ ਅਸੀਂ ਉਮੀਦ ਕੀਤੀ ਅਤੇ ਹਰ ਬੰਦੇ ਨੇ ਸਾਨੂੰ ਜਿਹੜਾ ਨਾ ਪਕੌੜੇ ਲਾਇਆ, ਉੱਥੇ ਵੀ ਪਕੌੜੇ ਲਾ ਦੇਣਗੇ, ਹਾਂਜੀ, ਉਹ ਇੱਕ ਹੋਰ ਗੱਲ ਸੁਣ ਲਓ ਜਨਾਬ, ਇਹ ਨਿਕਲ ਕੇ ਆਈਏ, ਉਹ ਕੀ ਨਾਮ ਉਹਦਾ ਯਾਰ, ਮੈਂ ਗਰੀਦਾ ਚੁੰਮੀ ਕਹਿਣ ਲੱਗਾ ਸਾਂ, ਗਰੀਦਾ ਚੁੰਮੀ ਦੀ ਵੀ ਇੱਕ ਮੇਰੇ ਕੋਲ ਰਿਪੋਰਟ ਹੈ ਵੇ, ਹਾਂ, ਉਹ ਵੀ ਮੈਂ ਦਿੰਦਾ ਵਾਂ, ਲੇਕਿਨ ਉਸ ਤੋਂ ਪਹਿਲੇ ਸ਼੍ਰੀ ਰਹਿਮਾਨ, ਹਾਂ, ਸ਼੍ਰੀ ਰਹਿਮਾਨ ਆਈਏ, ਇਹ ਕਹਿਣ ਲੱਗੀਏ ਕਿ ਇਮਰਾਨ ਖਾਨ ਸਾਨੂੰ ਦੱਸੇ ਕਿ ਇਸਰਾਈਲ ਦੀ ਸਪੋਰਟ ਕਿਉਂ ਕਰ ਰਿਹਾ, ਇਹਦਾ ਮੂੰਹ ਵੇਖੋ ਜ਼ਰਾ, ਹਾਂ, ਫਿਰ ਇਹਦਾ ਸਵਾਲ ਦੇਖੋ, ਕਿਹੜੀ ਚੀਜ਼ ਜ਼ਿਆਦਾ ਫਨੀ ਹੈ, ਇਹਦਾ ਮੂੰਹ ਕਿ ਇਹਦਾ ਸਵਾਲ, ਹਾਂ, ਮੇਰੀ ਬੜੀ ਉਮੀਦ ਹੈ ਤੁਸੀਂ ਕਹੋ ਕਿ ਯਾਰ ਇਹਦਾ ਮੂੰਹ, ਇਸ ਮੂੰਹ ਨਾਲ ਇਹ ਸਵਾਲ ਕਰਦੀ ਚੰਗੀ ਲੱਗਦੀ ਹੈ, ਹਾਂ, ਬਾਬਾ ਜੀ ਕਹਿੰਦੇ ਯਾਰ ਇਹਦਾ ਗੁੱਸਾ ਨਾ ਕਰ, ਹਾਂ, ਇਹ ਸਾਈਂ ਲੋਕ ਹੈ, ਮੈਂ ਬਾਬਾ ਜੀ ਇਹ ਕਿਹੋ ਜਿਹੀ ਸਾਈਂ ਲੋਕ ਹੈ, ਬਾਬਾ ਜੀ ਕਹਿੰਦੇ ਸਾਈਂ ਲੋਕ ਹੈ, ਮਸਤ ਮਲੰਗ ਹੈ, ਹਾਂ, ਜੋੜਾ ਪੀਂਦੀ ਹੈ,
ਜੁਲੇ ਲਾਲ ਇਹਨੂੰ ਪਤਾ ਨਹੀਂ ਹੁੰਦਾ ਕਿੱਥੇ ਹੈ। ਹਾਂ ਸੂਟਾਂ ਲਾਇਆ ਇਹਨੇ ਅਤੇ ਉਹ ਪਿਆ ਜਾਂਦਾ ਕੰਮ। ਹਾਂ ਮੈਂ ਕਿਹਾ ਬਾਬਾ ਜੀ ਤੁਹਾਨੂੰ ਕਿਵੇਂ ਪਤਾ? ਬਾਬਾ ਜੀ ਕਹਿੰਦੇ ਯਾਰ ਔਰ ਮੈਂ ਵੀ ਕਦੀ ਜਵਾਨੀ 'ਚ ਦੋ ਸੂਟੇ ਲਾਏ ਦੇ ਨਾਲ ਬਹਿ ਕੇ। ਮੈਂ ਕਿਹਾ ਇੱਥੇ ਰੱਖਿਆ ਅਤੇ ਬਾਬਾ ਜੀ ਬੜੀ ਕਮਾਲ ਹੈਗੀ। ਬਾਬਾ ਜੀ ਕਹਿੰਦੇ ਹਾਂ ਹਾਂ ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂ, ਉਹਨੇ ਕਿਸੇ ਨੇ ਕਹਿਤਾ ਹੋਣਾ ਜੋੜਾ ਬਣਾ ਕੇ ਦਿੱਤਾ ਹੋਣਾ ਜੋੜਾ ਪੀ ਕੇ। ਹਾਂ ਮੈਂ ਕਿਹਾ ਬਾਬਾ ਜੀ ਇਹਨੂੰ ਜੋੜਾ ਬਣਾ ਕੇ ਕਿਹਨੇ ਦਿੱਤਾ ਪਹਿਲਾਂ ਤੁਸੀਂ ਇਹ ਦੱਸੋ ਬਜ਼ਾਰ। ਬਾਬਾ ਜੀ ਮੈਂ ਉਹੀ ਜਿਹੜਾ ਸਾਰਾ ਕੰਮ ਧੰਦਾ ਕਰਦਾ। ਬਾਬਾ ਜੀ ਕੌਣ ਕਰਦਾ ਕੰਮ ਧੰਦਾ? ਬਾਬੇ ਕਹਿੰਦੇ ਡਿਪਟੀ ਮਾਲ ਮਾਲ ਹਰ ਪਾਸੇ ਡਿਪਟੀ ਸਪਲਾਈ ਕਰਦਾ। ਹਾਂ ਸੂਟਿਆਂ ਦਾ ਫੁੱਲ ਟਾਈਮ ਭਰ ਕੇ ਦੇ ਕੇ ਜਾਂਦਾ ਉਹਨਾਂ ਉਹ ਲਾਉਂਦੀ ਹੈ ਅਤੇ ਕਦੀ ਕਦੀ ਡੁੱਡੂ ਵੀ ਬਹਿ ਕੇ ਪੀ ਲੈਂਦਾ ਨਾਲ ਇਹਦੇ। ਮੈਂ ਕਿਹਾ ਕਦੀ ਕਦੀ ਕੀ ਮਤਲਬ? ਬਾਬੇ ਕਹਿੰਦੇ ਜ਼ਿਆਦਾਤਰ ਉਹ ਡਿਪਟੀ ਨਾਲ ਬਹਿ ਕੇ ਹੀ ਪੀਂਦਾ ਜੁਲੇ ਲਾਲ। ਹਾਂ ਲੇਕਿਨ ਇਹਦੇ ਨਾਲ ਵੀ ਬਹਿ ਕੇ ਦੇ ਕੋਈ ਮਸਲਾ ਨਹੀਂ ਗਾ। ਹਾਂ ਇਹਦਾ ਤੁਸੀਂ ਮੂੰਹ ਦੇਖੋ ਇਹਦਾ ਅਤੇ ਹੱਸੋ। ਜਿਵੇਂ ਇਜਿਪਟ ਦੀ ਪੁਰਾਣੀ ਕਿਤੇ ਮੰਮੀ ਨਹੀਂ ਲੱਭ ਜਾਂਦੀ? ਹਾਂ ਉਹਦੀਆਂ ਪੱਟੀਆਂ ਪੁੱਟੀਆਂ ਖੋਲ੍ਹੋ ਤਾਂ ਅੰਦਰ ਇਹੋ ਜਿਹੀ ਸ਼ਾਇਦ ਲੱਭਦੀ ਹੈ। ਅਜੀਬ ਅਜੀਬ ਕਿਸਮ ਦੇ ਕੰਮ। ਹਾਂਜੀ ਉਹਦੇ ਮੈਂ ਤੁਹਾਨੂੰ ਦੱਸਿਆ ਕਿ ਜੀ ਉਹ ਗਰੀਦਾ ਦੀ ਜਿਹੜੀ ਨਾ ਗਰੀਦਾ ਚੁੰਮੀ, ਹਾਂ ਆਪਣੀ ਤੁਹਾਡੀ ਸਭ ਤੋਂ ਪਿਆਰੀ ਜਿਹਨੂੰ ਬੜਾ ਪਿਆਰ ਕਰਦੇ ਹੋ ਤੁਸੀਂ ਮੈਨੂੰ ਪਤਾ। ਹਾਂ ਦੱਸਦੇ ਨਹੀਂ ਲੇਕਿਨ ਤੁਸੀਂ ਸਾਰੇ ਕਰਦੇ ਹੋ ਗਰੀਦਾ ਚੁੰਮੀ ਨਾਲ ਮੁਹੱਬਤ। ਹਾਂ ਗਰੀਦਾ ਚੁੰਮੀ ਪਤਾ ਨਹੀਂ ਕਿਹਦੇ ਨਾਲ ਕਰਦੀ ਹੈ। ਹਾਂ ਅੱਜ ਕੱਲ੍ਹ ਤਾਂ ਖਾਸ ਤੌਰ 'ਤੇ ਉਹ ਜਿਹੜੇ ਹੁਣ ਨਵੇਂ ਆਏ ਨੇ ਆਪਣਾ DGISI ਸਾਹਿਬ, ਹਾਂ ਉਹ ਕੀ ਨਾਮ ਉਹਨਾਂ ਦਾ, ਆਸਿਮ ਸਾਹਿਬ, ਆਸਿਮ ਮਲਿਕ ਸਾਹਿਬ, ਅਤੇ ਉਹ ਸਾਰੇ ਜਿੰਨੇ ਵੀ ਇਹ ਚੱਪੜ ਖਨਾਤੀਆਂ ਨੇ ਨਾ ਬੂਟ ਪਾਲਿਸ਼ ਜਿਹੜੇ ਨੇ ਉਹ ਹੁਣ ਪਾਲਿਸ਼ ਪੁਲਿਸ਼ ਲੈ ਕੇ ਉਹਨਾਂ ਦੇ ਦਫ਼ਤਰ ਦੇ ਬਾਹਰ ਖੜੇ ਨੇ। ਹਾਂ ਔਰ ਕਹਿ ਰਹੇ ਨੇ ਕਿ ਵਾਹ 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 ਕਿਆ ਬਾਤ ਹੈ, ਕਿੱਡਾ ਮੁਬਾਰਕ ਹੋ ਗਿਆ ਕੰਮ। ਹਾਂ ਇਹ ਵੀ ਆਸਮ ਨੇ, ਉੱਤੇ ਵੀ ਆਸਮ ਸਾਹਿਬ ਬੈਠੇ ਨੇ। ਹਾਂ ਹੁਣ ਬੂਟ ਚਮਕਾਉਣ ਦੇ ਮਜ਼ੇ ਆਉਣਗੇ। ਔਰ ਦਨ ਦਨਾਦਨ ਪਾਲਿਸ਼ ਪੁਲਿਸ਼ ਲੈ ਕੇ ਪਹੁੰਚੇ ਨੇ। ਹਾਂ ਔਰ ਰਾਵੀ ਵਰਗੇ ਦਗੜ ਦੱਲੇ ਅਤੇ ਉਹ ਕਾਲੇ ਪੀਲੇ ਜਿੰਨੇ ਵੀ ਇਹਨਾਂ ਦੇ ਲੋਟੇ ਲਿਫਾਫੇ ਨੇ, ਮਨੀਰ ਵਰਗੇ ਮੁੰਨੇ ਵੀ ਜਿਹੜੇ ਨੇ ਪਹੁੰਚੇ ਨੇ, ਉਹ ਨਵੀਂ ਜੋਬ ਲੱਭ ਗਈ ਇਹਨਾਂ ਨੂੰ ਬੂਟ ਪਾਲਿਸ਼ ਵਾਲੀ। ਹਾਂ ਦੇਖੋ ਇਹ ਕਰਵਾਉਂਦੇ ਨੇ ਕਿ ਨਹੀਂ, ਵੈਸੇ ਤਾਂ ਸਾਰੇ ਕਰਵਾਉਂਦੇ ਨੇ। ਅਤੇ ਖੈਰ ਗਰੀਦਾ ਚੁੰਮੀ ਦੀ ਮੈਂ ਗੱਲ ਕਰ ਰਿਹਾ ਸੀ, ਉਹਦੀ ਰਿਪੋਰਟ ਆਈ ਹੈ ALIZAIEK ਅਤੇ ਬੜਾ ਕਮਾਲ ਐਕਟੀਵਿਸਟ ਸੋਸ਼ਲ ਮੀਡੀਆ ਦਾ, ਅਤੇ ਉਹਨੇ ਖਬਰ ਇੱਕ ਦਿੱਤੀ ਹੈ ਟਵਿੱਟਰ 'ਤੇ। ਹਾਂ ਉਹ ਕਹਿਣ ਲੱਗਾ ਕਿ ਗਰੀਦਾ ਚੁੰਮੀ ਜਿਹੜੀ ਹੈ ਨਾ ਇਹ ਗਈ ਹੈ ਕਿਤੇ ਪ੍ਰਮੋਸ਼ਨ ਵਾਸਤੇ। ਹਾਂ ਕਿਸੇ ਦਾ ਸਲੂਨ ਸੀ, ਕੋਈ ਮਸਾਜ ਸੈਂਟਰ ਸੀ ਕੁਛ, ਅਤੇ ਉਹਨਾਂ ਨੇ ਕੋਈ ਰੇਟ ਰੂਟ ਮੰਗਵਾਇਆ ਹੋਇਆ ਇਹਦੇ ਨਾਲ, ਅਤੇ ਉਹ ਗਈ ਹੈ ਜਾ ਕੇ ਉੱਥੇ ਕਿਉਂਕਿ ਉਹ ਸੈਲੀਬ੍ਰਿਟੀਜ਼ ਇੱਦਾਂ ਦੀਆਂ ਨੇ, ਹਾਲਾਂਕਿ ਸੈਲੀਬ੍ਰਿਟੀ ਕਹਿਣਾ ਵੀ ਅਜੀਬ ਲੱਗਦਾ ਇਹਨੂੰ, ਲੇਕਿਨ ਖੈਰ ਸਲੂਨ ਦੀ ਜਿੰਨੀ ਵਿਚਾਰਿਆਂ ਦੀ ਕਪੈਸਿਟੀ ਹੋਣੀ ਹੈ ਉਹਨਾਂ ਨੇ ਉਹਨਾਂ ਕਿ ਜਿਹੜਾ ਨੇ ਹਿਸਾਬ ਲਾ ਕੇ ਅਤੇ ਇਹਨੂੰ ਬੁਲਾ ਲਿਆ ਕਿ ਚਲੋ ਇਹ ਗਰੀਦਾ ਆਇਆ, ਅਤੇ ਕੋਈ 55,000 ਤੈਅ ਹੋਇਆ ਇਹ ਉਹਦੀ ਖਬਰ ਹੈ। ਹਾਂ ਕਿਉਂਕਿ ਤੁਹਾਨੂੰ ਪਤਾ ਰੋਜ਼ ਮੈਂ ਕਿਸੇ ਨਾ ਕਿਸੇ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਂਦਾ ਵਾਂ, ਅਤੇ ਅੱਜ ਦਾ ਮੋਢਾ ਜਿਹੜਾ ਉਹ ALIZAIEK ਦਾ, ਅਤੇ ਉਹ ਕਹਿੰਦਾ 55,000 ਦੀ ਗੱਲ ਹੋਈ ਹੈ। ਹਾਂ ਅਤੇ ਗਰੀਦਾ ਗਈ ਹੈ ਜਾ ਕੇ, ਉਹਨੇ ਮੁਫਤ ਮਾਰੀ ਦੇ ਵਿੱਚ ਆਪਣਾ ਮਸਾਜ ਮਸੂਜ ਕਰਵਾਇਆ, ਹਾਂ ਚਿਹਰਾ ਅਤੇ ਫੇਸ਼ੀਅਲ ਫੁਸ਼ੀਅਲ ਸਾਰਾ ਕੁਛ ਕਰਵਾ ਕਰਵੂ ਕੇ, ਅਤੇ ਉਹਨਾਂ ਨੇ ਹਸਬੇ ਮਾਮੂਲ ਜਿੱਦਾਂ ਵੀਡੀਓ ਸ਼ੀਡੀਓ ਬਣਾ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਪਾ ਦਿੱਤੀ। ਜਿੱਦਾਂ ਹੀ ਉਹਨਾਂ ਨੇ ਇੰਸਟਾਗ੍ਰਾਮ 'ਤੇ ਪਾਈ ਆਪਣੇ ਵੀਡੀਓ, ਅਤੇ ਥੱਲੇ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਲਿਖਣ ਲੱਗ ਗਏ ਲੋਕ। ਹਾਂ ਗਰੀਦਾਂ ਨੂੰ ਗਾਲਾਂ ਕੱਢਣ ਲੱਗ ਗਏ ਮਾਂ ਭੈਣ ਦੀ, ਐਡੀ ਗੰਦੀ ਗੰਦੀ ਗਾਲ ਉਹਨਾਂ ਨੇ, ਮੈਂ ਕੱਢ ਨਹੀਂ ਸਕਦਾ ਇੱਥੇ, ਨਹੀਂ ਤਾਂ ਮੈਂ ਕੱਢ ਕੇ ਤੁਹਾਨੂੰ ਦੱਸਾਂ ਤੁਸੀਂ ਕਹੋ ਤਾਂ। ਤੋਬਾ ਤੋਬਾ ਇੰਨੀ ਗੰਦੀ ਗਾਲ, ਹਾਂ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਉਹਨਾਂ ਨੇ ਸਲੂਨ ਵਾਲਿਆਂ ਨੂੰ ਵੀ, ਸਲੂਨ ਉਹਨਾਂ ਨੇ ਤਾਂ ਘੱਟ ਇਹਨੂੰ ਗਰੀਦਾਂ ਨੂੰ ਹਾਂ ਕੱਢੀਆਂ। ਉਹ ਹੁਣ ਜਿਹੜੀ ਗਰੀਦਾਂ ਨੂੰ ਪਤਾ ਲੱਗਿਆ ਕਿ ਵੀ ਇੰਸਟਾਗ੍ਰਾਮ 'ਤੇ ਗਾਲਾਂ ਪੈ ਰਹੀਆਂ, ਇਹਨੇ ਉਹਨਾਂ ਨੂੰ ਕਿਹਾ ਸਲੂਨ ਵਾਲਿਆਂ ਨੇ ਕਿ ਵੀ ਇਹ ਕਮੈਂਟ ਜਿਹੜੇ ਨੇ ਬੰਦ ਕਰ ਦਿਓ।
ਅੱਛਾ ਇਹਨੂੰ ਪਤਾ ਹੈ ਕਿ ਇਹਦੀ ਕਿੰਨੀ ਮਕਬੂਲੀਅਤ ਹੈ, ਇਹਨੂੰ ਕਿੱਥੇ ਕਿੱਥੇ ਔਰ ਕਿੰਨੀਆਂ ਕਿੰਨੀਆਂ ਗੰਦੀਆਂ ਪੈਂਦੀਆਂ ਨੇ ਗਾਣਾ, ਉਹਨੂੰ ਪਤਾ। ਕਹਿਣ ਲੱਗੀ ਉਹਨਾਂ ਨੂੰ ਕਿ ਮੇਰਾ ਜਿਹੜਾ ਨਾ ਵੀਡੀਓ ਜਿਹੜੀ ਹੈ ਉਹਦੇ 'ਤੇ ਨੀਚੇ ਕਮੈਂਟ ਬੰਦ ਕਰ ਦਿਆ, ਕਿਉਂਕਿ ਬਹੁਤ ਗੰਦੀਆਂ ਗਾਣਾਂ ਪੈ ਰਹੀਆਂ ਨੇ। ਮੈਂ ਉਸ ਨੂੰ ਉਹਨਾਂ ਨੇ ਕਹਿੰਦੇ ਕਿ ਯਾਰ ਸਾਡੀ ਗੱਲ ਹੋਈ ਨਹੀਂ ਸੀ, ਹਾਂ ਅਸੀਂ ਕਮੈਂਟ ਕਿਵੇਂ ਬੰਦ ਕਰ ਸਕਦੇ ਹਾਂ, ਤੈਨੂੰ ਪੈ ਰਹੀਆਂ ਨੇ ਤਾਂ ਤੂੰ ਹਾਂ ਪੈ ਵੀ ਤਾਂ ਲੈ ਨੇ ਯਾਰ ਲੈਣੇ ਨੇ ਜੋ ਹਿਸਾਬ ਹੈ। ਹਾਂ ਉਹ ਕਹਿੰਦੇ ਸਾਡੀ ਤਾਂ ਰੀਚ ਜਿਹੜੀ ਹੈ ਨਾ ਉਹ ਖਤਮ ਹੋ ਜਾਏਗੀ, ਅਸੀਂ ਇਹ ਬੰਦ ਨਹੀਂ ਕਰ ਸਕਦੇ, ਅਤੇ ਹੁਣ ਖਰੀਦਦਾਰਾਂ ਨੇ ਪ੍ਰੈਸ਼ਰ ਪਾ ਰਹੀ ਹੈ ਕਮੈਂਟ ਬੰਦ ਕਰੋ। ਹਾਂ ਉਹ ਕਹਿੰਦੇ ਅੱਛਾ ਕਮੈਂਟ ਬੰਦ ਕਰ ਦਿੰਦੇ, ਪੈਸੇ ਵਾਪਸ ਦੇ ਦੇ। ਹਾਂ ਹੁਣ ਉਹ ਕਹਿੰਦੇ ਦੇਖੋ ਕਿ ਪੈਸੇ ਵਾਪਸ ਕਰ ਦੀਏ ਜਾਂ ਕਮੈਂਟ ਬੰਦ ਕਰਦੇ ਨੇ, ਕਿ ਦੋਵਾਂ 'ਚ ਇੱਕ ਹਿਸਾਬ ਹੋਣਾ। ਅਤੇ ਉਹ ਖੁਦਾ ਦਾ ਖੌਫ ਕਰਿਆ ਕਰੋ ਯਾਰ, ਚਲੋ ਤਨਕੀਦ ਕਰ ਲਿਆ ਕਰੋ, ਕੋਈ ਗੱਲ ਨਹੀਂ, ਤੁਸੀਂ ਤਾਂ ਮਾਂ ਭੈਣ ਇੱਕ ਕਰਕੇ ਰੱਖ ਦਿੱਤੀ ਇਹਦੀ, ਅੰਦਾਜ਼ਾ ਕਰ ਲਓ। ਇਹ ਹਰਿਆ ਪਾਕਿਸਤਾਨ ਦੇ ਵਿੱਚ, ਬਾਬਾ ਜੀ ਕਹਿੰਦੇ ਯਾਰ ਉਹਨਾਂ ਨੂੰ ਕਿੰਨੇ ਕਿਹਾ ਸੀ ਸਲੂਨ ਵਾਲਿਆਂ ਨੂੰ ਕਿ ਬਈ ਇਹਨੂੰ ਬੁਲਾਓ, ਉਹ ਬਈ ਉਹਨਾਂ ਮੱਤ ਦੇ ਹੁੰਦੇ ਉਹ ਡੱਡੂ ਨੂੰ ਡੱਡੂ ਨੂੰ ਬੁਲਾ ਲੈਂਦੇ, ਡੱਡੂ ਤਾਂ ਕਰਦੇ ਮਸਾਜ ਉੱਥੇ ਫਿਲਮ ਬਣਾਉਂਦੇ, ਬਾਬੇ ਬਣਾਉਂਦੇ ਉਹਦੀ ਤਾਂ ਫਿਲਮ ਵੀ ਹਜ਼ਾਰਾਂ 'ਚ ਨਿਕਲੀ ਸੀ।